ਸੱਚਾ ਝੂਠ ਦੀ ਜਿੱਥੇ ਤੱਕ ਪਛਾਣ ਹੈ ਇਹ ਸਪਿਰਚੁਅਲਿਜ਼ਮ ਹੈ। ਵਟ ਇਜ਼ ਰੋਂਗ ਵਟ ਇਜ਼ ਰਾਈਟ ਸੰਸਾਰ 'ਚ ਕੀ ਹੈ ਇਹ ਪੂਰੀ ਬੁੱਧੀ ਤੋਂ ਬਿਨਾਂ ਪੂਰੀ ਅਕਲ ਤੋਂ ਬਿਨਾਂ ਪੂਰੇ ਗਿਆਨ ਤੋਂ ਬਿਨਾਂ ਇਹਦੀ ਪਛਾਣ ਨਹੀਂ ਹੋ ਸਕਦੀ। ਸੰਸਾਰ ਦੇ ਵਿੱਚ ਵੱਡੇ ਵੱਡੀਆਂ ਜਿਹੜੇ ਕੋਰਟਾਂ ਨੇ ਵੱਡੇ ਵੱਡੇ ਤਫਤੀਸ਼ਾਂ ਨੇ ਪੁਲਿਸ ਦੀਆਂ ਉਹ ਸੱਚ ਔਰ ਝੂਠ ਦੇ ਵਿੱਚ ਖੋਜ ਕਰਨ ਦੇ ਵਿੱਚ ਲੱਗੀ ਹੋਈ ਹੈ। ਸੱਚ ਕੀ ਹੈ ਝੂਠ ਕੀ ਹੈ ਸੱਚ ਔਰ ਝੂਠ ਦੀ ਪਛਾਣ ਜੇ ਗੁਰਬਾਣੀ ਨੂੰ ਆਪਾਂ ਪੜ੍ਹੀਏ ਉਹ ਕਹਿੰਦੇ ਗੁਰਮੁਖੀ ਖੋਟੇ ਖਰੇ ਪਛਾਣ ਝੂਠ ਵਿੱਚ ਖੋਟ ਹੁੰਦੀ ਹੈ ਜਿਹਨੂੰ ਝੂਠ ਕਹਿੰਦੇ ਉਹ 'ਚ ਖੋਟ ਹੈ ਸੱਚ ਹੁੰਦਾ ਖਰਾ ਖਰਾ ਖਜ਼ਾਨੇ 'ਚ ਪੈਂਦਾ ਸੱਚ ਖੰਡ ਵਿੱਚ ਖਰੇ ਹੀ ਖਰੇ ਨੇ ਖੋਟਾ ਨਹੀਂ ਕੋਈ ਖੋਟਾ ਹੁੰਦਾ ਸਵਾਰਥ ਜਿੱਥੇ ਆ ਜਾ ਉੱਥੇ ਖੋਟ ਆ ਜਾਂਦੀ ਹੈ ਜਿੱਥੇ ਪਰਮਾਰਥ ਹੋਵੇ ਉੱਥੇ ਸੱਚ ਖਰਾ ਹੁੰਦਾ ਪਰਮਾਰਥ ਹੀ 100% ਪਰਮਾਰਥ ਹੀ ਖਰਾ ਹੁੰਦਾ ਜੇ ਉਹਦੇ 'ਚ ਹਵਾ ਸਮਾਨ ਵੀ ਸਵਾਰਥ ਆ ਜਾਏ ਫਿਰ ਵੀ ਖੋਟ ਰਲਣੀ ਸ਼ੁਰੂ ਹੋ ਜਾਂਦੀ ਹੈ ਫਿਰ ਖੋਟ ਕਿੰਨੇ ਪਰਸੈਂਟ ਹੈ ਉਹ 'ਚ ਉਹ ਵੱਖਰੀ ਗੱਲ ਹੈ ਖੋਟ ਇੱਕ ਪ੍ਰਕਾਰ ਦੀ ਨਹੀਂ ਹੁੰਦੀ ਖੋਟ ਅਨੇਕ ਪ੍ਰਕਾਰ ਦੀ ਹੋ ਸਕਦੀ ਹੈ ਖੋਟੇ ਦੀਆਂ ਵਰਾਇਟੀਆਂ ਬਹੁਤ ਜ਼ਿਆਦਾ ਨੇ ਖਰੇ ਦੀ ਵਰਾਇਟੀ ਕੋਈ ਹੈ ਸੱਚ ਕੋਈ ਹੁੰਦਾ ਝੂਠ ਬਹੁਤ ਪ੍ਰਕਾਰ ਦਾ ਝੂਠ ਤਾਂ ਅਨੰਤ ਪ੍ਰਕਾਰ ਦਾ ਝੂਠ ਹੈ ਅਤੇ ਇਸ ਕਰਕੇ ਸੱਚਾ ਜਿਹੜਾ ਧਰਮ ਹੈ ਐਕਚੁਅਲੀ ਜਿਹੜਾ ਧਰਮ ਹੈ ਐਕਚੁਅਲੀ ਜਿਹੜਾ ਸਪਿਰਚੁਅਲਿਜ਼ਮ ਹੈ ਜਿਹੜਾ ਸਾਬਤ ਕਰ ਦਿੰਦਾ ਹੈ ਸਮਝਾ ਸਕਦਾ ਹੈ ਵਟ ਇਜ਼ ਦੈਟ ਵਨ ਉਹ ਇੱਕ ਜਿਹਨੂੰ ਗੋਡ ਕਹਿੰਦੇ ਹਾਂ ਉਹ ਕੀ ਹੈ ਦੁਨੀਆਂ ਨੂੰ ਸਮਝਾ ਸਕਦਾ ਸਾਰਿਆਂ ਨੂੰ ਬੈਠ ਕੇ ਸਾਰੇ ਸ਼ੰਕੇ ਉਹਨਾਂ ਦੇ ਦੂਰ ਕਰ ਸਕਦਾ ਸਾਰੇ ਸਵਾਲਾਂ ਦੇ ਜਵਾਬ ਦੇ ਸਕਦਾ ਅਤੇ ਇਮਾਨਦਾਰ ਉਹਨੂੰ ਮੰਨ ਵੀ ਲੈਂਦੇ ਨੇ ਬੇਈਮਾਨ ਫਿਰ ਵੀ ਨਹੀਂ ਮੰਨਦੇ ਹੁੰਦੇ ਜ਼ਰੂਰੀ ਨਹੀਂ ਸਾਰੀ ਦੁਨੀਆ ਮੰਨ ਲਵੇ ਅਤੇ ਤੁਸੀਂ ਸਾਬਤ ਕਰ ਦਿਓਗੇ ਕਮ ਤੋਂ ਕਮ ਧਰਮ ਦੇ ਖੇਤਰ ਵਿੱਚ ਜੇ ਸਾਰੇ ਮੰਨ ਵੀ ਲੈਣ ਅੰਦਰੋਂ ਨਹੀਂ ਮੰਨਦੇ ਬਾਹਰੋਂ ਬਾਹਰੋਂ ਮੰਨ ਲੈਂਦੇ ਨੇ ਚੁੱਪ ਹੋ ਜਾਂਦੇ ਨੇ ਅੰਦਰੋਂ ਨਹੀਂ ਮੰਨਦੇ ਹੁੰਦੇ ਕਦੇ ਵੀ ਨਹੀਂ ਮੰਨੇ ਜਿੱਦਣ ਅੰਦਰੋਂ ਮੰਨ ਲਿਆ ਸਾਰਿਆਂ ਨੇ ਉਦੋਂ ਸ੍ਰਿਸ਼ਟੀ ਨਹੀਂ ਰਹਿਣੀ ਸੱਚਖੰਡ ਬਣ ਜੂ ਸਾਰੀ ਫਿਰ ਤਾਂ ਸ੍ਰਿਸ਼ਟੀ ਰਹਿਣੀ ਹੋਣੀ ਜੇ ਸੱਚ ਨੂੰ ਐਡਮਿਟ ਕਰ ਲਿਆ ਅਸੀਂ ਸਾਰਿਆਂ ਨੇ ਅੰਦਰੋਂ ਫਿਰ ਸ੍ਰਿਸ਼ਟੀ ਜਨਮ ਬਣ ਕਿਸੇ ਦਾ ਵੀ ਨਹੀਂ ਰਹਿਣਾ ਕੱਟਿਆ ਜਾਊਗਾ ਫਿਰ ਜਨਮ ਬਣ ਦਾ ਕਾਰਨ ਇਹ ਹੈ ਕਿ ਸਾਡੇ ਕੋਲ ਅਨੇਕਾਂ ਧਰਮ ਨੇ ਬਹੁਤ ਕਿਸਮ ਦੇ ਉਹਨਾਂ ਕੋਲ ਗਿਆਨ ਹੈ ਨਹੀਂ ਪਰ ਉਹ ਇਹ ਨਹੀਂ ਕਹਿੰਦੇ ਸਾਡੇ ਕੋਲ ਗਿਆਨ ਹੈ ਨਹੀਂ ਥੋੜ੍ਹਾ ਬਹੁਤਾ ਗਿਆਨ ਦੇ ਦਿੰਦੇ ਨੇ ਬਾਕੀ ਉਹ ਆਪਣੇ ਸਵਾਰਥ ਬਸ ਲੋਕਾਂ ਨੂੰ ਮਿਸਗਾਈਡ ਕਰਦੇ ਰਹਿੰਦੇ ਨੇ ਵੀ ਸਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ ਸਾਨੂੰ ਮੰਨਣ ਸਾਡੇ ਨਾਲ ਜੁੜੇ ਰਹਿਣ ਉਹਦੇ ਨਾਲ ਸਾਨੂੰ ਸਾਡੀ ਦੁਨੀਆਂ ਦੇ ਵਿੱਚ ਇੱਜ਼ਤ ਰਹੇ ਜਾਂ ਸਾਡਾ ਕੁਛ ਰਾਜ ਰਹੇ ਦੂਰ ਤੱਕ ਧਰਮਾਂ ਨੇ ਰਾਜ ਵੀ ਕਾਇਮ ਕੀਤੇ ਨੇ ਹਿੰਦੂ ਧਰਮ ਨੇ ਵੀ ਰਾਜ ਕਾਇਮ ਕੀਤਾ ਯਹੂਦੀਆਂ ਨੇ ਵੀ ਰਾਜ ਕਾਇਮ ਕੀਤਾ ਪੈਸਾ ਯਹੂਦੀਆਂ ਕੋਲ ਕਿੱਥੋਂ ਆਇਆ ਧਰਮ ਤੋਂ ਹੀ ਆਇਆ ਹੋਇਆ ਉਦੋਂ ਹੀ ਪੈਸਾ ਇਕੱਠਾ ਕਰ ਲੈਣਾ ਜਾਂ ਧਰਮ ਪੈਸਾ ਇਕੱਠਾ ਕਰ ਲਵੇ ਧਰਮ ਖਤਮ ਹੋ ਜਾਂਦਾ ਹੁੰਦਾ ਫਿਰ ਜਿਹੜਾ ਧਰਮ ਜ਼ਿਆਦਾ ਪੈਸਾ ਇਕੱਠਾ ਕਰ ਲਿਓ ਖਤਮ ਹੋ ਜਾਂਦਾ ਜ਼ਵਾਲ ਹੁੰਦਾ ਮਾਇਆ ਇਕੱਠੀ ਕਰਨੀ ਇਹ ਪਾਪ ਹੈ ਸ੍ਰਿਸ਼ਟੀ ਵਾਸਤੇ ਹੈ ਬਾਕੀ ਲੋਕਾਂ ਨੂੰ ਤੁਸੀਂ ਪਰੇਸ਼ਾਨ ਕਰਨਾ ਭੁੱਖਮਰੀ 'ਚ ਲੈ ਕੇ ਜਾਣਾ ਪੈਸਾ ਇਕੱਠਾ ਕਰਕੇ ਤਾਂ ਪਾਪ ਹੈ ਉਹ ਧਰਮ ਹੀ ਖਤਮ ਹੋ ਜਾਂਦਾ ਹੁੰਦਾ ਫਿਰ ਉਹ ਸਿਸਟਮ ਹੀ ਖਤਮ ਕਰ ਦਿੰਦੀ ਹੈ ਕੁਦਰਤ ਉਹਨੂੰ ਅਨਨੈਚੁਰਲ ਜਿਹੜਾ ਹੋ ਜਾਂਦਾ ਧਰਮ ਉਹ ਖਤਮ ਹੋ ਜਾਂਦਾ ਨੇਚਰ ਨੇ ਸਭ ਨੂੰ ਆਜ਼ਾਦੀ ਦਿੱਤੀ ਹੈ ਸਾਨੂੰ ਇੱਕੋ ਜਿਹੇ ਪੈਦਾ ਕੀਤਾ ਇੱਕੋ ਜਿਹੇ ਸਾਨੂੰ ਚਾਂਸ ਨੇ ਸਾਰਿਆਂ ਨੂੰ ਗਿਆਨ ਵਧਾਉਣ ਦੇ ਆਪਣੇ ਤਰੱਕੀ ਕਰਨ ਦੇ ਜਦੋਂ ਅਸੀਂ ਇਹਨਾਂ 'ਤੇ ਨਿਯੰਤਰਣ ਕਰ ਲੈਂਦੇ ਹਾਂ ਕੁਛ ਆਦਮੀ ਕਾਬੂ ਕਰ ਲੈਂਦੇ ਹਾਂ ਵੀ ਦੋਵਾਂ ਨੂੰ ਅਸੀਂ ਗਿਆਨ ਦੇਣਾ ਨਹੀਂ ਕੁਛ ਬੰਦਿਆਂ ਨੇ ਗਿਆਨ ਲੈਣਾ ਸਾਡੀ ਔਲਾਦ ਇਹ ਗਿਆਨ ਲਵੇ ਦੂਜਿਆਂ ਨੂੰ ਅਸੀਂ ਗਿਆਨੀ ਰੱਖਣਾ ਤਾਂ ਕਿ ਸਾਡੀ ਔਲਾਦ ਉਹਨਾਂ 'ਤੇ ਰਾਜ ਕਰਦੀ ਰਹੇ ਸਾਡੇ ਕੋਲ ਪੈਸਾ ਰਹੇ ਇਹ ਪਾਪ ਹੁੰਦਾ
ਉਹ ਫਿਰ ਧਰਮ ਨਹੀਂ ਰਹਿੰਦਾ, ਖਤਮ ਹੋ ਜਾਂਦਾ। ਧਰਮ ਤਾਂ ਵੈਸੇ ਹੁੰਦਾ ਹੀ ਨਹੀਂ, ਉਹ ਸੋ ਗਾਡ ਧਰਮ ਹੁੰਦਾ, ਉਹਨੂੰ ਕਹਿੰਦੇ ਹੁੰਦੇ ਨੇ ਉਹ ਧਰਮ। ਪਬਲਿਕ ਉਹਨੂੰ ਬਾਪ ਬਣਦੀ ਹੁੰਦੀ ਹੈ, ਪਬਲਿਕ ਦੁਖੀ ਹੁੰਦੀ ਹੈ ਉੱਥੇ, ਉਹ ਧਰਮ ਨਹੀਂ ਹੁੰਦਾ। ਲੇਕਿਨ ਦੁਨੀਆਂ 'ਚ ਉਹ ਧਰਮ ਮੰਨਿਆ ਜਾਂਦਾ। ਪ੍ਰੋਬਲਮ ਇੱਥੇ ਹੀ ਆਉਂਦੀ ਹੈ, ਜਿੰਨੇ ਧਰਮ ਦੁਨੀਆਂ ਦੇ ਨੇ ਉਹ ਆਪਣੇ ਆਪ ਨੂੰ ਧਰਮ ਕਹਿੰਦੇ ਨੇ। ਜੇ ਕੋਈ ਕਹਿੰਦਾ ਧਰਮ ਨਹੀਂ, ਫਿਰ ਉਹ ਮਰਨ ਨੂੰ ਆਉਂਦੇ ਨੇ, ਫਿਰ ਉਹਦੇ ਦੁਸ਼ਮਣ ਬਣ ਜਾਂਦੇ ਨੇ। ਤੁਸੀਂ ਜ਼ਬਰਦਸਤੀ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਧਰਮ ਹੈ, ਕਨਵਿੰਸ ਕਰਕੇ ਧਰਮ ਹੈ। ਲੇਕਿਨ ਐਕਚੁਅਲੀ ਜਿਹੜਾ ਧਰਮ ਹੈ ਉਹ ਕਨਵਿੰਸ ਕਰਦਾ ਹੈ, ਕਨਵਿੰਸਿੰਗ ਪਾਵਰ ਹੈ, ਉਹਦੇ ਕੋਲ ਸ਼ਕਤੀ ਹੈ। ਨਹੀਂ ਕਨਵਿੰਸ ਹੁੰਦਾ ਕੋਈ ਨਾ ਹੋਵੇ। ਇਮਾਨਦਾਰ ਆਦਮੀ ਵਾਸਤੇ ਹੀ ਧਰਮ ਹੁੰਦਾ, ਬੇਈਮਾਨ ਵਾਸਤੇ ਕੋਈ ਧਰਮ ਹੀ ਨਹੀਂ। ਜਿਹੜਾ ਬੇਈਮਾਨ ਆਦਮੀ ਆ ਉਹਦੇ ਵਾਸਤੇ ਧਰਮ ਨਹੀਂ ਹੈ, ਧਰਮ ਇਮਾਨਦਾਰੀ ਦਾ ਹੀ ਦੂਆ ਨਾਂ ਹੈ। ਜਿਹਨੇ ਇਮਾਨਦਾਰੀ ਗੇਨ ਕਰਨੀ ਹੈ, ਇਮਾਨਦਾਰ ਪਹਿਲਾਂ ਹੈਗਾ, ਹੋਰ ਇਮਾਨਦਾਰ ਹੋਣਾ, ਇੰਨਾ ਇਮਾਨਦਾਰ ਹੋਣਾ ਕਿ ਬੇਈਮਾਨੀ ਨਾ ਉਹਦੀ ਉਹ 'ਚ ਕੋਈ ਰਹੇ ਹੀ ਨਾ, ਬੇਈਮਾਨੀ ਦੀ ਸਮੈਲ ਵੀ ਨਾ ਰਹੇ। ਇੱਕ ਤਾਂ ਹੁੰਦਾ ਮੇਰੇ ਕੋਲ ਬੇਈਮਾਨੀ ਹੈ, ਮੇਰੇ ਅੰਦਰ ਬੇਈਮਾਨੀ ਦਾ ਖਿਆਲ ਵੀ ਕੋਈ ਨਹੀਂ, ਖਿਆਲ ਸਮੈਲੇ ਹੁੰਦੀ ਹੈ, ਬੇਈਮਾਨੀ ਦਾ ਸਮੈਲੇ ਨਹੀਂ ਮੇਰੇ 'ਚੋਂ ਆ ਸਕਦੀ ਕਦੇ। ਉਹ ਧਰਮ ਬੇਈਮਾਨੀ ਦੀ ਸਮੈਲ ਤੱਕ ਨੂੰ ਖਤਮ ਕਰਨ ਵਾਲਾ ਧਰਮ ਹੁੰਦਾ ਅਸਲੀ। ਪਰ ਜਿਹੜੇ ਬੇਈਮਾਨ ਨੇ ਔਲਰੇਡੀ, ਉਹਨਾਂ ਨੂੰ ਉਹ ਧਰਮ ਫਿੱਟ ਨਹੀਂ ਹੁੰਦਾ, ਉਹ ਨਹੀਂ ਉਹ ਧਰਮ ਨੂੰ ਮੰਨਦੇ ਹੁੰਦੇ। ਇਸ ਕਰਕੇ ਭਗਤ ਗੁਰੂ ਪੀਰ ਆਉਂਦੇ ਰਹੇ ਨੇ, ਕੁਛ ਲੋਕਾਂ ਨੇ ਮੰਨਿਆ, ਕੁਛ ਨੇ ਨਹੀਂ ਮੰਨਿਆ। ਉਹਨਾਂ ਨੂੰ ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਵੀ ਬਹੁਤਿਆਂ ਨੇ ਫਿਰ ਥੋੜ੍ਹਿਆਂ ਨੇ ਸਹੀ ਮੰਨਿਆ ਸੀ, ਬਹੁਤਿਆਂ ਨੇ ਜਾਂ ਭੀੜ ਹੋ ਗਈ ਫਿਰ ਸਵਾਰਥ ਕਰਕੇ ਡਰਦੇ ਆ ਨੇ, ਜਾਂ ਭੀੜ ਕਰਕੇ ਵੀ ਸਾਰੇ ਜਦ ਮੰਨਦੇ ਨੇ ਅਸੀਂ ਵੀ ਮੰਨ ਲਓ, ਇਹੋ ਜਿਹਾ ਕੰਮ ਹੁੰਦਾ। ਪਰ ਜਿਹੜੇ ਭਗਤ ਨੇ ਉਹਨਾਂ ਨੇ ਨਹੀਂ ਕਿਹਾ, ਭੀੜ ਨਹੀਂ ਕਹਿੰਦਾ ਸਾਨੂੰ, ਜਿਹਨੂੰ ਮੰਨਣਾ ਮੰਨੋ, ਨਹੀਂ ਮੰਨਣਾ ਨਾ ਮੰਨੋ। ਰਾਜ ਤਾਂ ਅਸੀਂ ਕਾਇਮ ਕਰਨਾ ਹੀ ਨਹੀਂ, ਅਮੀਰ ਤਾਂ ਅਸੀਂ ਹੋਣਾ ਹੀ ਨਹੀਂ, ਮਾਇਆ ਦੇ ਤਾਂ ਉੱਤੇ ਆਪਣੀ ਪਕੜ ਬਣਾਉਣੀ ਹੋਈ ਨਹੀਂ, ਬੜੇ ਬੜੇ ਮੰਦਰ ਤਾਂ ਅਸੀਂ ਬਣਾਉਣੇ ਹੀ ਨਹੀਂ, ਬੜੇ ਬੜੇ ਗਿਰਜਾ ਘਰ ਆ ਉਹ ਤਾਂ ਬਣਾਉਣੇ ਹੀ ਨਹੀਂ, ਜਾਇਦਾਦਾਂ ਤਾਂ ਅਸੀਂ ਬਣਾਉਣੀਆਂ ਹੀ ਨਹੀਂ। ਇਸ ਕਰਕੇ ਉਹ ਫਿਰ ਦੂਇਆਂ ਦਾ ਵਿਰੋਧ ਕਰਦੇ ਨੇ, ਦੂਏ ਧਰਮਾਂ ਨੇ ਜਿਹਨਾਂ ਨੇ ਬਣਾਈਆਂ ਨੇ, ਉਹਨਾਂ ਨਾਲ ਉਹਨਾਂ ਦਾ ਟਕਰਾਅ ਵੀ ਪੈਦਾ ਹੁੰਦਾ ਫਿਰ ਇਹਨਾਂ ਗੱਲਾਂ 'ਤੇ। ਉਹ ਝੂਠ ਨੂੰ ਲੁਕਾਉਣ ਵਾਲੇ ਹੁੰਦੇ ਨੇ, ਬਾਕੀ ਧਰਮਾਂ 'ਚ ਝੂਠ ਹੁੰਦਾ, ਉਹ ਝੂਠ ਨੂੰ ਲੁਕੋ ਕੇ ਸਾਂਭੀ ਬੈਠੇ ਹੁੰਦੇ ਨੇ। ਸੱਚ ਧਰਮ ਨੂੰ ਝੂਠ ਬਰਦਾਸ਼ਤ ਨਹੀਂ ਹੈ, ਉਹਨੂੰ ਤਾਂ ਉਹਦਾ ਤਾਂ ਕੰਪਰੋਮਾਈਜ਼ ਨਹੀਂ ਹੋ ਸਕਦਾ ਝੂਠ ਨਾਲ, ਕਦੇ ਵੀ ਧਰਮ ਦਾ ਕੰਪਰੋਮਾਈਜ਼ ਝੂਠ ਨਾਲ ਨਹੀਂ ਹੋ ਸਕਦਾ। ਜਦੋਂ ਝੂਠ ਨਾਲ ਕੰਪਰੋਮਾਈਜ਼ ਕਰ ਲਿਆ ਫਿਰ ਧਰਮ ਨਹੀਂ ਰਹਿੰਦਾ ਹੁੰਦਾ, ਉਹ ਫਿਰ ਉਹ ਖੋਟਾ ਧਰਮ ਬਣ ਜਾਂਦਾ, ਸੱਚਾ ਨਹੀਂ ਬਣਦਾ ਰਹਿੰਦਾ, ਉਹ 'ਚ ਖੋਟ ਆ ਜਾਂਦੀ ਹੈ। ਕਿਉਂ? ਝੂਠ ਨਾਲ ਕੰਪਰੋਮਾਈਜ਼ ਕਰ ਲੈਂਦਾ, ਪਾਪ ਨੂੰ ਕੰਪਰੋਮਾਈਜ਼ ਕਰ ਲੈਂਦਾ। ਜਦੋਂ ਧਰਮ ਕੰਪਰੋਮਾਈਜ਼ ਵਾਲੇ ਪਾਸੇ ਆ ਜਾਵੇ, ਬਈ ਲੋਕਾਂ ਨੂੰ ਨਹੀਂ ਚਾਹੀਦਾ ਇੰਨਾ ਗਿਆਨ, ਲੋਕਾਂ ਦੇ ਮਤਲਬ ਦਾ ਗਿਆਨ ਆਪਾਂ ਦੇਈਏ, ਲੋਕਾਂ ਦੇ ਮਤਲਬ ਦੀ ਗੱਲ ਕਰੀਏ, ਜਿਹੜੇ ਇਹ ਸੋਚਦੇ ਨੇ ਉਹਨਾਂ ਨੇ ਅਸਲ ਦੇ ਵਿੱਚ ਖੋਟ ਹੈ ਉਹਦੇ ਵਿੱਚ, ਆਪਣੇ ਵਿੱਚ। ਉਹਨਾਂ ਨੂੰ ਚਾਹੀਦਾ ਮੈਂ ਤਾਂ ਲੀਡਰ ਬਣਨਾ ਇਹਨਾਂ ਦਾ, ਮੈਨੂੰ ਤਾਂ ਇਹ ਬੱਲੇ ਬੱਲੇ ਮੇਰੀ ਕਰਨ, ਦੁਨੀਆਂ ਦੀ ਵਡਿਆਈ ਹੈ, ਮੈਨੂੰ ਤਾਂ ਬਸ ਇਹੀ ਹੈ। ਇਹਨਾਂ ਨੂੰ ਵੀ ਚੱਲ ਕੁਣ ਕੋ ਫਾਇਦਾ ਹੋਈ ਜਾਊਗਾ, ਮੇਰੀ ਬੱਲੇ ਬੱਲੇ ਆ। ਉਹ ਸੱਚ ਦੇ ਧਰਮ ਤੋਂ ਕਿਨਾਰਾ ਕਰ ਲੈਂਦੇ ਨੇ, ਕਹਿੰਦੇ ਛੱਡੋ ਪਰੇ, ਇਹਨਾਂ ਨਾ ਕਹੋ, ਇੰਨਾ ਕੇ ਕਰ ਲਓ। ਇਹ ਉਹਨਾਂ ਦੀ ਆਪਣੀ ਇੱਛਾ ਲੋੜ ਹੈ, ਉਹਨਾਂ ਦੀ ਆਪਣੀ ਇਹ ਪ੍ਰੋਬਲਮ ਇੱਛਾ ਪੂਰਤੀ ਦੀ, ਉਹਨਾਂ ਦੀ ਮਜਬੂਰੀ ਹੈ ਮੰਨਣ, ਕਿ ਉਹ ਚਾਹੁੰਦੇ ਨੇ ਵੀ ਦੁਨੀਆਂ ਦੀ ਬਿਟੇ ਸੱਚਾ ਧਰਮ ਉਹਨਾਂ ਕੋਲ ਹੈ ਨਹੀਂ, ਦੂਏ ਨੂੰ ਉਹ ਝੂਠਾ ਕਹਿ ਦੇਣ, ਉਹਨਾਂ ਦੇ ਪੱਲੇ ਤਾਂ ਫਿਰ ਕੁਛ ਵੀ ਨਹੀਂ। ਉਹ ਕਹਿੰਦੇ ਨੇ ਜਿੰਨੀ ਕੁ ਆਪਣੇ ਕੋਲ ਅਕਲ ਹੈ ਆਪ ਤੇ ਮੂਰਖਾਂ ਨੂੰ ਆਪਣੇ ਪਿੱਛੇ ਲਾ ਲਈਏ। ਆਪ ਤੇ ਜਿਹੜੇ ਮੂਰਖ ਹੁੰਦੇ ਨੇ ਉਸ ਅਕਲ 'ਤੇ, ਜਿਹੜੇ ਥੋੜ੍ਹੀ ਅਕਲ ਵਾਲੇ ਨੇ ਉਹਨਾਂ ਨੂੰ ਆਪਣੇ ਕੋਲ ਲਾ ਕੇ ਆਪਣਾ ਇੱਕ ਗਰੁੱਪ ਬਣਾ ਲੈਂਦੇ ਨੇ, ਉਹਦਾ ਨਾਂ ਧਰਮ ਰੱਖ ਲੈਂਦੇ ਨੇ, ਇਹ ਉਹਦਾ ਨੂੰ ਸੰਪਰਦਾਇ ਰੱਖ ਲੈਂਦੇ ਨੇ। ਇਹ ਤਰੀਕੇ ਦੇ ਬਹੁਤ ਸਾਰੇ ਗਰੁੱਪ ਬਣ ਗਏ, ਬਣ ਜਾਂਦੇ ਹੁੰਦੇ ਨੇ, ਕਿਉਂ? ਝੂਠ ਦੀਆਂ ਵਰਾਇਟੀਆਂ ਬਹੁਤ ਨੇ। ਜਾਂ ਸੱਚਾ ਧਰਮ ਪੈਦਾ ਹੁੰਦਾ, ਸਾਰਿਆਂ ਦੀ ਕੋਈ ਵਰਾਇਟੀ ਕਰ ਦਿੰਦਾ, ਸਾਰਿਆਂ ਨੂੰ ਝੂਠੇ ਸਾਬਤ ਕਰ ਦਿੰਦਾ, ਫਿਰ ਇੱਕੋ ਧਰਮ ਰਹਿ ਜਾਂਦਾ, ਬਣਦਾ ਬਾਕੀ ਰਹਿੰਦੇ ਹੀ ਨਹੀਂ।
ਦੁਨੀਆਂ ਨੂੰ ਸਮਝ ਆ ਜਾਂਦੀ ਹੈ ਇੱਕ ਕੀ ਹੈ, ਧਰਮ ਕੀ ਹੈ, ਸਿਆਣਿਆਂ ਨੂੰ ਜਿਹੜੇ ਲੋੜ ਹੈ ਉਹ ਉਹਨੂੰ ਮੰਨ ਲੈਂਦੇ ਨੇ, ਬਾਕੀ ਜਿਹੜੇ ਦੂਏ ਹੁੰਦੇ ਨੇ ਵਿਚਾਰੇ ਉਹ ਉੱਦਾਂ ਹੀ ਠੇਡੇ ਖਾਂਦੇ ਰਹਿੰਦੇ ਨੇ।